ਸਤਿ ਸ਼੍ਰੀ ਅਕਾਲ ਦੋਸਤੋ, ਜਿਵੇਂ ਕਿ ਜੱਟ ਐਂਡ ਜੂਲੀਅਟ 3 ਦੀ ਪੂਰੀ ਆਡੀਅੰਸ ਨੂੰ ਬਹੁਤ ਹੀ ਜ਼ਿਆਦਾ ਵੇਟ ਸੀ, ਸੋ ਫਾਈਨਲੀ ਅੱਜ ਉਹ ਦਿਨ ਆ ਗਿਆ ਕਿ 27 ਜੂਨ ਨੂੰ ਰਿਲੀਜ਼ ਹੋਣ ਵਾਲੀ ਫਿਲਮ ਜੱਟ ਐਂਡ ਜੂਲੀਅਟ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਚੁੱਕੀ ਹੈ। ਸੋ ਅੱਜ ਸਪੈਸ਼ਲ ਪ੍ਰੀਮੀਅਰ ਸੀ ਫਿਲਮ ਦਾ, ਸੋ ਅਸੀਂ ਫਿਲਮ ਹੁਣ ਦੇਖਣ ਆਏ ਹਾਂ ਪੂਰੀ ਆਡੀਅੰਸ ਦੇ ਨਾਲ। ਸੋ ਆਪਾਂ ਫਿਲਮ ਦੇਖ ਕੇ ਆਪਾਂ ਲੋਕਾਂ ਤੋਂ ਜਾਣਾਂਗੇ ਉਹਨਾਂ ਨੂੰ ਫਿਲਮ ਕਿਵੇਂ ਲੱਗੀ ਜੱਟ ਐਂਡ ਜੂਲੀਅਟ 3, ਫਿਰ ਆਪਾਂ ਲਵਾਂਗੇ ਰਿਵਿਊਜ਼, ਫਿਰ ਤੁਹਾਨੂੰ ਦੱਸਾਂਗੇ ਕਿਵੇਂ ਦੀ ਹੈ ਫਿਲਮ ਜੱਟ ਐਂਡ ਜੂਲੀਅਟ 3। ਬਹੁਤ ਅੱਛੀ, ਬਹੁਤ ਵਧੀਆ ਮੂਵੀ ਦੇ ਵਿੱਚ। ਆਈ ਥਿੰਕ ਦਿਲਜੀਤ ਹੀ ਹੈ, ਪੂਰੀ ਸਕ੍ਰਿਪਟ ਉਨਕੇ ਉੱਪਰ ਥੀ, ਪੂਰਾ ਕੈਮਰਾ ਉਨਕੇ ਉੱਪਰ ਥਾ, ਔਰ ਉਨ੍ਹੋਨੇ ਜਿਸ ਤਰੀਕੇ ਸੇ ਆਡੀਅੰਸ ਕੋ ਗੌਚ ਕਰਕੇ ਰੱਖਾ ਹੁਆ, ਆਈ ਥਿੰਕ ਕਿਡਸ, ਅਡਲਟ ਔਰ ਹਮਾਰੇ ਗ੍ਰੈਂਡ ਪੇਰੈਂਟਸ ਵੀ, ਜੋ ਵੀ ਹਮਾਰੀ ਪੂਰੀ ਫੈਮਿਲੀ ਹੈ, ਵੋ ਬਹੁਤ ਇੰਜੋਏ ਕਰਨੇ ਵਾਲੀ ਹੈ ਇਸ ਮੂਵੀ ਕੋ, ਆਈ ਐਮ ਸੋ ਸ਼ੋਰ ਅਬਾਊਟ ਇਟ। ਸੋ ਫਰਸਟ ਐਂਡ ਸੈਕੰਡ ਪਾਰਟ ਵੀ ਤੁਸੀਂ ਦੇਖਿਆ, ਕੀ ਡਿਫਰੈਂਸ ਲੱਗਿਆ ਦੋਨਾਂ ਵਿੱਚ? ਆਈ ਥਿੰਕ ਟਾਈਮ ਟੂ ਟਾਈਮ ਹਰ ਇੱਕ ਮੂਵੀ ਇਵੋਲਵ ਹੋਤੀ ਹੈ। ਜਬ ਉਸ ਟਾਈਮ ਪੇ ਹਮੇ ਫਰਸਟ ਪਾਰਟ ਅੱਛਾ ਲਗਾ ਜਿਸ ਤਰੀਕੇ ਸੇ, ਤੋ ਆਜ ਕੇ ਟਾਈਮ ਪੇ ਥਰਡ ਪਾਰਟ ਅੱਛਾ ਰਹਾ, ਔਰ ਦਿਲਜੀਤ ਕੀ ਮੂਵੀ ਮੁਝੇ ਲੱਗਤਾ ਕੰਪੈਰੀਜ਼ਨ ਸੇ ਅੱਛੀ ਅਪਗ੍ਰੇਡੇਸ਼ਨ ਹੋਤੀ ਹੈ, ਉਸਕਾ ਇੱਕ ਲੈਵਲ ਬੜਤਾ ਹੀ ਜਾਤਾ ਹੈ। ਸੋ ਡਾਇਰੈਕਸ਼ਨ ਬਾਰੇ ਕੀ ਕਹੋ? ਬਹੁਤ ਅੱਛੀ, ਜਗਦੀਪ ਜੀ ਹਮਾਰੇ ਜੋ ਹੈ, ਉਹ ਜਬ ਡਾਇਰੈਕਸ਼ਨ ਕੋ ਲੇ ਕਰ ਆਤੇ ਹੈ ਤੋ ਕੁਛ ਅਨਐਕਸਪੈਕਟਿਡ ਸਰਪ੍ਰਾਈਜ਼ਿੰਗ, ਔਰ ਜੋ ਫਰੇਮਸ ਕੋ ਯੂਜ਼ ਕਰਤੇ ਹੈ, ਜੋ ਕੈਰੈਕਟਰਸ ਕੋ ਯੂਜ਼ ਕਰਤੇ ਹੈ, ਆਈ ਥਿੰਕ ਉਹ ਮੂਵੀ ਮੇਂ ਇੱਕ ਜਾਨ ਦੇ ਦਿੰਦੇ ਹੈ। ਸੋ ਮੈਨੂੰ ਲੱਗਦਾ ਨੈਕਸਟ ਪਾਰਟ ਆਉਣ ਦੀ ਵੀ ਉਮੀਦ ਹੈਗੀ ਹੈ, ਸੋ ਤੁਸੀਂ ਦੇਖਣਾ ਪਸੰਦ? ਬਿਲਕੁਲ ਬਿਲਕੁਲ, ਕਿਉਂਕਿ ਆਈ ਥਿੰਕ ਦਿਲਜੀਤ ਨੇ ਤਾਂ ਇੱਕ ਹਿੰਟ ਦੇ ਹੀ ਦਿਆ ਲਾਸਟ ਮੇਂ ਕਿ ਸਭ ਕੁਛ ਇਸ ਮੇਂ ਤੁਹਾਨੂੰ ਬਤਾਏਂਗੇ, ਕੁਛ ਨੈਕਸਟ ਨੈਕਸਟ ਪਾਰਟ ਮੇਂ ਬਤਾਏਂਗੇ, ਤੋ ਆਈ ਥਿੰਕ ਹਮ ਤੋ ਵੇਟ ਕਰ ਰਹੇ ਹਾਂ। ਕਿੰਨੀ ਕੁ ਵੇਟ ਕੀਤੀ ਤੁਸੀਂ ਪਹਿਲਾਂ 3 ਪਾਰਟ ਦੀ? ਕਿੰਨੀ ਕੁ ਐਕਸਾਈਟਮੈਂਟ ਸੀ 3 ਪਾਰਟ ਦੀ ਤੁਹਾਨੂੰ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਇਨਫੈਕਟ ਜਬ ਮੈਂ ਮੋਹਾਲੀ ਮੇਂ ਥੀ ਤੋ ਮੈਨੇ ਸੋਚਾ ਥਾ ਕਿ ਮੈਂ ਜੱਟ ਐਂਡ ਜੂਲੀਅਟ ਮੋਹਾਲੀ ਮੇਂ ਹੀ ਦੇਖੂੰਗੀ, ਪੂਰੇ ਫੀਲ ਕੇ ਸਾਥ, ਵਾਈਬ ਕੇ ਸਾਥ, ਪੰਜਾਬ ਇਨਵਾਇਰਮੈਂਟ ਮੇਂ। ਸੋ ਕਿੰਨੇ ਨੰਬਰ ਦੇਣਾ ਚਾਹੋਗੇ 5 ਆਊਟ? ਆਈ ਥਿੰਕ ਇਟ ਵਾਸ 5 ਆਊਟ ਆਫ 5। ਅਗਰ ਦਲਜੀਤ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਉਹ ਨੀਰੂ ਬਾਜਵਾ ਦੋਨਾਂ ਨੂੰ? ਆਈ ਥਿੰਕ ਨੀਰੂ ਮੈਮ ਇਜ਼ ਆਲਵੇਸ ਫੈਂਟੈਸਟਿਕ, ਸ਼ੀ ਇਜ਼ ਲਾਈਕ ਅ ਫਾਈਨ ਵਾਈਨ, and whenever she comes into a screen she like she blossoms like a flower, and when we talk about Diljit, he's a legend and he has made India proud, and we are proud of having someone like Diljit in our industry. And Diljit kive lagi? Bahut vadhiya film si ji, Diljit Dosanjh Neeru Bajwa di film hamesha hi vadhiya hundi hai, te chahe chote chote panch rahi inna ne Punjab de kai halaatan nu darsaya hai, jehde kai pakh de mudde jinna nu ਅਸੀਂ ਜੇ ਅਣਛੂਹਿਆ ਹੋਇਆ ਸੀ ਉਹ ਦੱਸਣ 'ਚ ਬੜੀ ਕਾਮਯਾਬ ਰਹੀ ਹੈ, ਅਤੇ ਇਹਨੂੰ ਵਧੀਆ ਕਹਾਂਗੇ, ਫਿਲਮ ਬਹੁਤ ਵਧੀਆ ਸੀ, ਅਤੇ ਜੋ ਪੰਜਾਬੀ ਫਿਲਮਾਂ ਅੱਜ ਕੱਲ੍ਹ ਆਉਂਦੀਆਂ ਨੇ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਸੁਨੇਹਾ ਛੱਡਣ 'ਚ ਕਾਮਯਾਬ ਹੁੰਦੀਆਂ ਨੇ। ਸੋ ਕਿੰਨੇ ਨੰਬਰ ਦੇਣਾ ਚਾਹੋਗੇ? ਇਹ 5-5 ਹੀ ਹੈ ਜੀ, ਐਡੀ ਵੱਡੀ ਸਟਾਰ ਕਾਸਟ ਹੈ। ਮੈਂ ਤਾਂ ਕਹਾਂਗਾ ਜਿਵੇਂ ਅਮੀਰ ਖਾਨ ਦੀ ਫਿਲਮਾਂ ਦਾ ਇੰਤਜ਼ਾਰ ਹੁੰਦਾ ਬਾਲੀਵੁੱਡ ਵਿੱਚ ਬਹੁਤ ਦੇਰ ਬਾਅਦ ਆਉਂਦੀਆਂ ਨੇ, ਉੱਦਾਂ ਹੀ ਦਲਜੀਤ ਦੋਸਾਂਝ ਜੀ ਦੀ ਫਿਲਮਾਂ ਦਾ ਇੰਤਜ਼ਾਰ ਆਪਣੇ ਪੰਜਾਬੀ ਸਿਨੇਮਾ ਨੂੰ ਹੁੰਦਾ ਹੈ ਕਿ ਕਦੋਂ ਇਹਨਾਂ ਦੀ ਫਿਲਮ ਆਏ ਤੇ ਅਸੀਂ ਇਹਨਾਂ ਨੂੰ ਵੇਖਣ ਜਾਈਏ। ਮੂਵੀ ਬਹੁਤ ਅੱਛੀ ਸੀ, ਦਿਲਜੀਤ ਦੋਸਾਂਝ ਨੇ ਬਹੁਤ ਅੱਛਾ ਕੰਮ ਕੀਤਾ ਦਾ, ਐਂਡ ਨੀਰੂ ਬਾਜਵਾ ਵੀ ਬਹੁਤ ਅੱਛੀ ਸੀ, ਬੈਸਟ ਬੈਸਟ ਮੂਵੀ, ਬਹੁਤ ਅੱਛੀ ਮੂਵੀ ਸੀ, ਬਹੁਤ ਵਧੀਆ ਲੱਗੀ। ਖਾਸ ਮੈਮ ਐਂਟਰਟੇਨਿੰਗ ਬਹੁਤ ਜ਼ਿਆਦਾ ਆ, ਅਤੇ ਬਿਲਕੁਲ ਵੀ ਬੋਰ ਨਹੀਂ ਕੀਤੀ, ਬਹੁਤ ਫਾਸਟ ਆ, ਜਿੱਦਾਂ ਹਿੰਦੀ ਮੂਵੀਆਂ ਹੁੰਦੀਆਂ ਫਾਸਟ ਹੁੰਦੀਆਂ ਨਾ, ਉੱਦਾਂ ਹੀ ਇਹ ਮੂਵੀ ਬਣੀ ਆ ਫਾਸਟ, ਬਹੁਤ ਜ਼ਿਆਦਾ ਵਧੀਆ। ਬਹੁਤ ਵਧੀਆ ਮੂਵੀ ਹੈ, 10 ਚੋਂ 10 ਨੰਬਰ ਦੇਣਾ, ਬਹੁਤ ਵਧੀਆ ਮੂਵੀ ਹੈ, ਬਹੁਤ ਅੱਛੀ ਮੈਮ। ਬਹੁਤ ਅੱਛੀ ਲੱਗੀ, ਵੈਰੀ ਗੁੱਡ, ਬਹੁਤ ਅੱਛੀ, ਐਕਸਲੈਂਟ ਮੂਵੀ, ਇਜ਼ ਫੁੱਲ ਐਂਟਰਟੇਨਿੰਗ, ਰੋਮਾਂਸ ਹੈ, ਕਾਮੇਡੀ ਹੈ, ਔਰ ਇੱਕ ਇਮੋਸ਼ਨਸ ਹੈ, ਔਰ ਇੱਕ ਲੈਸਨ ਵੀ ਹੈ। ਵੈਰੀ ਗੁੱਡ ਜੀ, ਵੈਰੀ ਬਹੁਤ ਅੱਛੀ ਸੀ, ਵੈਰੀ ਨਾਈਸ, ਗੁੱਡ ਵਨ, ਬਹੁਤ ਬੜੀਆ ਪਿਕਚਰ ਹੈ, ਮਜ਼ੇਦਾਰ ਕਮੇਡੀ ਮੂਵੀ।
ਵੈਰੀ ਨਾਈਸ ਵਧੀਆ ਜੀ ਵਧੀਆ ਬਹੁਤ ਵਧੀਆ ਜੀ ਮਸਟ ਵਾਚ ਮਸਟ ਵਾਚ ਬਹੁਤ ਅੱਛਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਇੰਨੀ ਘੈਂਟ ਮੂਵੀ ਹੈ ਇੰਨੀ ਘੈਂਟ ਮੂਵੀ ਹੈ ਤੁਸੀਂ ਕਹੋਗੇ ਬਾਈ ਪਹਿਲੀ ਕਿਆ ਦੂਜੀ ਕਿਆ ਜੋ ਤੀਜੀ ਆਈ ਹੈ ਨਾ ਅਲਟੀਮੇਟ ਮੂਵੀ ਆਈ ਹੈ ਕਾਮੇਡੀ ਵੀ ਸੀਗੀ ਬਹੁਤ ਜ਼ਿਆਦਾ ਤੇ ਥੋੜੀ ਜਿਹੀ ਕ੍ਰੈਸ ਰੀਅਲ ਲਾਈਫ ਵੀ ਦਾ ਥੋੜਾ ਜਿਹਾ ਪਤਾ ਲੱਗਦਾ ਵਧੀਆ ਸੀ ਮੈਨੂੰ ਅਸੀਂ ਤਾਂ ਦੇਖ ਲਈ ਜੱਟ ਐਂਡ ਜੂਲੀਅਟ 3 ਸੋ ਇਹ ਡਾਇਰੈਕਟਰ ਨੇ ਜਗਦੀਪ ਸਿੱਧੂ ਇਹਨਾਂ ਦੁਆਰਾ ਹੀ ਫਿਲਮ ਲਿਖੀ ਗਈ ਔਰ ਬਹੁਤ ਹੀ ਵਧੀਆ ਫਿਲਮ ਲਿਖੀ ਗਈ ਔਰ ਪੰਚਸ ਬਹੁਤ ਹੀ ਵਧੀਆ ਨੇ ਔਰ ਬਹੁਤ ਹੀ ਵਧੀਆ ਵਧੀਆ ਮੈਸੇਜ ਇਸ ਫਿਲਮ ਦੇ ਵਿੱਚ ਦਿੱਤੇ ਗਏ ਨੇ ਜੋ ਕਿ ਆਲ ਓਵਰ ਵਰਲਡ ਦੇ ਵਿੱਚ ਇਹ ਫਿਲਮ ਰਿਲੀਜ਼ ਹੋ ਰਹੀ ਹੈ ਸੋ ਲੋਕਾਂ ਦੇ ਰਿਵਿਊਜ਼ ਬਹੁਤ ਹੀ ਅੱਛੇ ਨੇ ਸਭ ਨੂੰ ਬਹੁਤ ਫਿਲਮ ਪਸੰਦ ਆਈ ਜੇਕਰ ਤੁਸੀਂ ਵੀ ਫਿਲਮ ਦੇਖਣਾ ਚਾਹੁੰਦੇ ਹੋ ਤਾਂ ਇੱਕ ਵਾਰ ਸਿਨੇਮਾ ਘਰਾਂ ਵਿੱਚ ਜ਼ਰੂਰ ਆਓ ਤੁਹਾਨੂੰ ਫਿਲਮ ਬਹੁਤ ਪਸੰਦ ਆਵੇਗੀ ਜੱਟ ਐਂਡ ਜੂਲੀਅਟ 3